ਸਮਾਨ ਦੀ ਕੁੜੀ ਦੀ ਜਿਹੜੀ ਵੀਡੀਓ ਆਈ ਆ, ਮੈਂ ਤੁਹਾਨੂੰ ਉਹਦੀ ਸੱਚਾਈ ਦੱਸਣ ਦੀ ਕੋਸ਼ਿਸ਼ ਕਰਦਾ ਵੀ ਉਹ ਕੀ ਲੱਗਦਾ ਗਾ ਤੁਹਾਨੂੰ। ਹੁਣ ਰਾਜਨੀਤਿਕ ਲੋਕਾਂ ਨੇ ਤਾਂ ਆਪਦੇ ਹਿਸਾਬ ਨਾਲ ਸੋਚਣ ਲੱਗ ਗਏ, ਲੈ ਜੀ ਤੁਸੀਂ ਤਾਂ ਇਹਨੂੰ ਦੇਸ਼ ਫੜਾਤਾ, ਸੁਰਾਬੀ ਕੁਆਬੀ ਬੱਚਿਆਂ ਨੂੰ ਤੰਗ ਕਰਦਾ ਸੀ, ਘਰੇਲੂ ਹਿੰਸਾ ਕਰਦਾ ਸੀ, ਪਰ ਉਦੋਂ ਉਹਨਾਂ ਨੇ ਕੋਈ ਰਿਪੋਰਟ ਨਹੀਂ ਕਰਵਾਈ। ਹੁਣ ਉਹ ਦੱਸ ਰਹੇ ਆ ਅਤੇ ਉਹ ਬੱਚਿਆਂ ਨੂੰ ਗਿਲਾ ਕੀ ਆ, ਆਖੇ ਜੀ ਸਾਡੇ ਪਾਪਾ ਨੇ ਸਾਨੂੰ ਦੱਸਿਆ ਨਹੀਂ ਵੀ ਉਹਦੀ ਦੂਜੀ ਵਾਈਫ ਦੇ ਬੱਚਾ ਹੋਣ ਵਾਲਾ ਗਾ। ਸਾਰੀ ਜਦੋਂ ਪ੍ਰੈਗਨੈਂਸੀ ਕਨਫਰਮ ਹੋਈ ਆ, ਉਹਨੇ ਪਹਿਲਾਂ ਫੋਨ ਕਰਨਾ ਸੀ, ਲੈ ਵੀ ਗੁੱਡੀ ਅਤੇ ਤੇਰੇ ਇੱਕ ਹੋਰ ਭੈਣ ਜਾ ਭਰਾ ਆ ਰਿਹਾ ਗਾ, ਮੇਰੀ ਵਾਈਫ ਪ੍ਰੈਗਨੈਂਟ ਹੋ ਗਈ ਹੈ ਦੂਜੀ, ਇਹ ਦੱਸਦਾ। ਫਿਰ ਸਾਰਾ ਕੁਛ ਸਹੀ ਸੀਗਾ, ਕੁੱਲ ਮਿਲਾ ਕੇ ਬੁੜੀਆਂ ਬੁੜੀਆਂ ਤੋਂ ਜੈਲਸੀ ਕਰਦੇ ਹੁੰਦੀਆਂ ਵੀ ਉਹ ਦੂਜਾ ਵਿਆਹ ਹੋਇਆ ਚਾਹੇ ਕਿਸੇ ਦਾ ਤੀਜਾ ਹੋਇਆ, ਉਹ ਇੱਕ ਦੂਜੇ ਦੀ ਲਾਈਫ ਦੇ ਵਿੱਚ ਇੰਟਰਫੇਅਰ ਕਰਦੀਆਂ ਹੀ ਕਰਦੀਆਂ, ਚਾਹੇ ਉਹ ਬੱਚਿਆਂ ਥਰੂ ਕਰਨ ਵੀ ਬੱਚਿਆਂ ਨੂੰ ਮਿਲ ਲਓ, ਸਾਡਾ ਡਿਵੋਰਸ ਹੋ ਗਿਆ ਬੱਚੇ ਉੱਥੇ ਜਾ ਸਕਦੇ, ਉਹਦੇ ਘਰ ਜਾਣ, ਵੱਧ ਤੋਂ ਵੱਧ ਜਾਣ, ਹੁੱਲੜਬਾਜ਼ੀ ਹੋਵੇ, ਉਹਦੀ ਵਾਈਫ ਦੁਖੀ ਹੋਵੇ, ਤੰਗ ਹੋਵੇ, ਹੋਰ ਮਸਲਾ ਵਧੇ, ਵੀ ਇਹ ਦੂਜੇ ਵਿਆਹ ਦੇ ਵਿੱਚ ਵੀ ਖੁਸ਼ ਨਾ ਰਹੇ। ਜੇ ਭਾਈ ਉਹ ਘਰੇਲੂ ਹਿੰਸਾ ਕਰਦਾ ਸੀ, ਇਮੋਸ਼ਨਲ ਬਲੈਕਮੇਲ ਕਰਦਾ ਸੀ, ਉਸੇ ਸਮੇਂ ਕੋਰਟ ਕਚਹਿਰੀਆਂ ਕਿਹੜਾ ਠਾਣੇ ਹੈ ਨਹੀਂ ਸੀਗੇ, ਉਹ ਤਾਂ ਚੱਲ ਗੱਲ ਨਿਬੜੀ ਗਈ। ਪਰ ਹੁਣ ਆ ਗੱਲ ਜਿਹੜੀ ਆ, ਮੈਨੂੰ ਇਹ ਸਮਝ ਨਹੀਂ ਲੱਗਦੀ, ਚੱਲ ਗੁੱਡੀ ਨੇ ਉਹਨੇ ਇਹ ਕਹਿ ਕੇ ਪਾਤਾ ਵੀ ਸਾਡੀ ਸਟੋਰੀ ਸਾਹਮਣੇ ਆਵੇ ਵੀ ਸਾਡੇ ਨਾਲ ਕੀ ਹੋਇਆ, ਤਾਂ ਉਹਨੂੰ ਇਸ ਗੱਲ ਦੇ ਦੁੱਖ 'ਤੇ ਉਹਨੇ ਸਾਰੀ ਸਟੋਰੀ ਘੁੰਮਦੀ ਆ ਵੀ ਮੈਨੂੰ ਦੱਸਿਆ ਨਹੀਂ ਗਾ ਵੀ ਉਹਦੀ ਦੂਜੀ ਵਾਈਫ ਦੇ ਬੱਚਾ ਹੋਣ ਵਾਲਾ। ਜਦੋਂ ਵਿਆਹ ਹੋਇਆ ਤਾਂ ਯਾਰ ਜਵਾਕ ਤਾਂ ਹੋਣਾ ਹੀ ਹੈ, ਹੁਣ ਬਿਨਾਂ ਜਵਾਕ ਤੋਂ ਥੋੜ੍ਹਾ ਵਿਆਹ ਹੁੰਦਾ ਕੋਈ, ਜੇ ਨਾ ਵੀ ਹੁੰਦਾ ਉਹ ਲੈ ਲੂਗਾ, ਅਡੋਪਟ ਕਰ ਲੂਗਾ। ਤਾਂ ਮਸਲਾ ਵੀ ਉਹ ਹੁਣ ਪਾਵਰ ਦੇ ਵਿੱਚ ਆ, ਉਹਦੀ ਜੋ ਵੀ ਪ੍ਰੋਪਰਟੀ ਆ ਜਾਂ ਵੀ ਉਹ ਸਭ ਕੁਛ ਹੈਗਾ, ਵੀ ਅਸੀਂ ਦੋ ਬੱਚੇ ਸੀ ਪਹਿਲਾਂ, ਹੈ ਨਾ, ਵੀ ਹੁਣ ਤੀਜਾ ਬੱਚਾ ਆ ਰਿਹਾ ਹੈਗਾ। ਬੱਚਿਆਂ ਨੂੰ ਬੱਚਿਆਂ ਤੋਂ ਵੀ ਜੈਲਸੀ ਹੋ ਸਕਦੀ ਆ, ਚੱਲ ਬੁੜੀਆਂ ਬੁੜੀਆਂ ਤੋਂ ਤਾਂ ਬੁੜੀਆਂ ਲੋਕ ਹੁੰਦੇ ਹੀ ਆ ਵੀ ਇੰਟਰਫੇਅਰ ਕਰੋ ਇਹਦੀ ਲਾਈਫ ਦੇ ਵਿੱਚ, ਮੈਂ ਆਪਦੇ ਬੱਚਿਆਂ ਨੂੰ ਭੇਜ ਕੇ ਕਰਾਂ ਜਾਂ ਜਿਵੇਂ ਮਰਜ਼ੀ ਕਰਾਂ, ਦੂਜੀ ਵਾਈਫ ਨੂੰ ਇਹਦੀ ਨੂੰ ਤੰਗ ਕਰੋ ਜਾਂ ਕੁਛ ਕਰੋ, ਘਰੇਲੂ ਮਾਮਲੇ ਤੋਂ ਇਲਾਵਾ ਇਹ ਹੋਰ ਕੁਛ ਵੀ ਨਹੀਂ ਦਿੰਦਾ ਮੈਨੂੰ ਤਾਂ, ਵੀ ਜੇ ਕੁਛ ਹੋਰ ਆ ਤਾਂ ਹਲੇ ਵੀ ਜੇ ਸਾਰਾ ਕੁਛ ਦੱਸਿਆ ਵੀ ਉਹਨੇ ਘਰੇਲੂ ਅੱਤਿਆਚਾਰ, ਬਲੈਕਮੇਲਿੰਗ, ਤਾਂ ਆ ਕੇ ਤੁਸੀਂ ਰਿਪੋਰਟ ਕੇਸ ਕਰੋ ਉੱਤੇ, ਸਿੱਧੀ ਜੀ ਗੱਲ ਆ। ਜੇ ਡਿਵੋਰਸ ਦਾ ਮਤਲਬ ਸਾਰਾ ਕੁਛ ਅੱਡ ਅੱਡ ਹੀ ਹੋ ਗਿਆ, ਤੁਹਾਡੇ ਅਲੱਗ ਰਹਾ, ਉਹਦੇ ਅਲੱਗ ਰਹਾ, ਤੁਹਾਨੂੰ ਉਹਦੀ ਲਾਈਫ ਦੇ ਵਿੱਚ ਬੱਚਾ ਆਉਂਦਾ ਜਾਂਦਾ ਜਾਂ ਤੁਹਾਨੂੰ ਕੀ ਮਤਲਬ ਆ, ਇਹ ਮਤਲਬ ਵੀਡੀਓ ਲੋਕਾਂ ਨੂੰ ਮਿਲ ਗਈ ਆ, ਇੱਕ ਕਿਸੇ ਨੇ ਕੀ ਅੰਦਾਜ਼ਾ ਲਾਉਣਾ, ਕਿਸੇ ਨੇ ਨਾ ਵਿਰੋਧੀ ਪਾਰਟੀ ਵਾਲਿਆਂ ਨੇ ਹੋਰ ਤਰ੍ਹਾਂ ਚੱਲਣਾ, ਕਿਸੇ ਨੇ ਹੋਰ ਤਰ੍ਹਾਂ ਚੱਲਣਾ ਗਾ। ਲੋਕਾਂ ਨੂੰ ਤਾਂ ਬਈ ਕੰਮ ਚਾਹੀਦਾ ਗਾ, ਹੈ ਨਾ, ਜੇ ਉਹ ਆਪਦੇ 5 ਸਾਲ ਇਹ ਦੂਜਿਆਂ ਨਾਲੋਂ ਵਧੀਆ ਕੰਮ ਕਰ ਦੂਗਾ ਤਾਂ ਅਗਲੀ ਵਾਰ ਨੂੰ ਲੋਕ ਵੋਟ ਪਾ ਦੇਣਗੇ, ਨਹੀਂ ਅਗਲੇ ਲਾ ਕੇ ਪਰੇ ਮਾਰਨਗੇ। ਇਹੀ ਹੁੰਦਾ ਗਾ, ਲਾ ਕੇ ਪਰੇ ਮਾਰ ਕੇ ਗਾਂ ਜਿਹੜੇ ਪਹਿਲਾਂ 25 ਸਾਲ ਸੀਗੇ ਜਾਂ ਉਹਨਾਂ ਨੂੰ ਫਿਰ ਜਿਤਾ ਦੇਣਗੇ, ਜਾਂ ਜਿਹੜੇ ਪਿਛਲੀ ਵਾਰ ਸੀਗੇ ਉਹਨਾਂ ਨੂੰ ਜਿਤਾ ਦੇਣਗੇ, ਜਾਂ ਫਿਰ ਕੋਈ ਚੌਥੀ ਪਾਰਟੀ ਲੱਭ ਲੈਣਗੇ ਲੋਕ, ਹੈ ਨਾ। ਤਾਂ ਇਹ ਜਿਹੜੀ ਵੀਡੀਓ ਕੁੜੀ ਤੋਂ ਪੁਆਈ ਲੱਗਦੀ ਆ, ਹੈ ਨਾ, ਕੌਣ ਪੁਆ ਸਕਦਾ ਗਾ, ਜਨਾਨੀਆਂ ਨੂੰ ਜਨਾਨੀਆਂ ਨਾਲ ਈਰਖਾਬਾਜ਼ੀ ਹੁੰਦੀ ਆ, ਤਾਂ ਉਹੀ ਮਤਲਬ ਕੁੜੀਆਂ ਮਾਵਾਂ ਦੇ ਵੱਧ ਕਰੀਬ ਹੁੰਦੀਆਂ ਵੀ ਤੂੰ ਐਂ ਕਰਕੇ ਕੁਛ ਵੀ ਸੋਚਾ ਵੀ ਖੁਸ਼ ਨਾ ਰਹਿਣ, ਦੂਜਾ ਵਿਆਹ ਦੇ ਵਿੱਚ ਖੁਸ਼ ਕਿਵੇਂ ਰਹਿਣ, ਕਿਉਂਕਿ ਬੰਦਿਆਂ ਨੂੰ ਆਦਤ ਨਹੀਂ ਹੁੰਦੀ ਗੀ ਵੀ ਮੇਰਾ ਤਲਾਕ ਜਾਂ ਮੇਰੀ ਵਾਈਫ ਦਾ ਕਿਤੇ ਹੋਰ ਵਿਆਹ ਕਰਾਇਆ, ਮੈਂ ਉਹਦੀ ਲਾਈਫ ਦੇ ਵਿੱਚ ਇੰਟਰਫੇਅਰ ਕਰਾਂ, ਝਾਕਾ ਨਹੀਂ ਬੰਦੇ ਇੰਟਰਸਟ ਲੈਂਦੇ, ਪਰ ਫੋਟੋਆਂ ਜ਼ਰੂਰ ਲੈਂਦੀਆਂ ਏ। ਤਾਂ ਉਹੀ ਚੀਜ਼ਾਂ ਦਾ ਨਤੀਜਾ ਇਹ ਚੀਜ਼ ਮੈਨੂੰ ਦਿਖ ਰਹੀ ਆ। ਬਾਕੀ ਤੁਸੀਂ ਵੱਧ ਸਿਆਣੇ ਆ, ਅਲੱਗ ਅਲੱਗ ਲੋਕਾਂ ਦਾ ਅਲੱਗ ਅਲੱਗ ਲਾਈਫ ਦਾ ਤਜਰਬਾ ਹੁੰਦਾ, ਤੁਸੀਂ ਦੱਸ ਸਕਦੇ ਆ ਵੀ ਇਹ ਵੀਡੀਓ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਆ, ਕਿਉਂ ਪਾਈ ਗਈ ਆ, ਕਿਸ ਮੰਤਵ ਨਾਲ ਪਾਈ ਗਈ ਆ। ਤਾਂ ਇਹ ਵੀਡੀਓ ਹੁਣ ਚੱਲ ਰਹੀ ਸੀ ਟ੍ਰੈਂਡਿੰਗ ਦੇ ਵਿੱਚ ਆ, ਸੋਚਿਆ ਆਪਾਂ ਵੀ ਛੱਡ ਦਈਏ।